ਮੀਡੀਆ ਅਤੇ ਕਿਸਾਨ ਅੰਦੋਲਨ ਜਿਹੜੀ ਮੀਡੀਆ ਦੀ ਭੂਮਿਕਾ ਰਹੀ ਹੈ ਉਹ ਵੀ ਦੁਨੀਆ ਤੋਂ ਕੁਲਕੀ ਨਹੀਂ ਹੈ ਅਤੇ ਕਿਸਾਨ ਅੰਦੋਲਨ ਜਿਹੜਾ ਹੈ 750 ਤੋਂ ਉੱਤੇ ਉਹਨਾਂ ਦੇ ਜਵਾਨ ਉਹਨਾਂ ਦੇ ਵਰਕਰ ਉਹਨਾਂ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਜਿਹੜੀਆਂ ਨੇ ਉਹ ਉੱਥੇ ਸ਼ਹਾਦਤ ਦਾ ਜਾਮ ਪੀ ਗਈਆਂ ਨੇ ਇਹ ਉਹਨਾਂ ਦੀ ਨਜ਼ਰ ਦੇ ਵਿੱਚ ਸ਼ਹਾਦਤ ਹੈ ਪਰੰਤੂ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਮੌਤ ਹੀ ਗਿਣਦੇ ਨੇ ਕਿ ਜੀ ਮੌਤਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਪਰ ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਭਰਾਈ ਕਿਉਂ ਲੈਣੇ ਪਏ ਨਰਿੰਦਰ ਮੋਦੀ ਹੁਣਾਂ ਨੂੰ ਇਹ ਕਾਨੂੰਨ ਵਾਪਸ ਕਿਉਂ ਜਿਸ ਪਾਰਟੀ ਦਾ ਜਿਹੜਾ ਨੇਤਾ ਸੀ ਉਹ ਬਾਰ-ਬਾਰ ਇਹ ਕਹੇ ਸੀ ਕਿ ਇਹਦੇ ਵਿੱਚ ਕੁਝ ਖਾਮੀਆਂ ਨਹੀਂ ਹਨ ਕੋਈ ਰੱਤੀ ਪਰ ਵੀ ਖਾਮੀ ਨਹੀਂ ਹੈ ਕ੍ਰਿਸ਼ੀ ਮੰਤਰੀ ਦੇ ਮੂੰਹ ਦੇ ਉੱਤੇ ਇੱਕੋ ਹੀ ਲਫ਼ਜ਼ ਹੁੰਦਾ ਸੀ ਕਿ ਇਹਦੇ ਵਿੱਚ ਕੋਈ ਖਾਮੀ ਨਹੀਂ ਹੈ ਤੇ ਖੇਤਾਂ ਦੇ ਕਾਨੂੰਨਾਂ ਦੇ ਵਿੱਚ ਉਹ ਜਿਹੜੀਆਂ ਨੁਕਤੇ ਨਗਾ ਕੱਢ ਕੇ ਪੱਖ 'ਚ ਰੱਖਣ ਵਾਲਿਆਂ ਨੇ ਪੱਕੇ ਦੇ ਵਿੱਚ ਬਹੁਤ ਸਾਰੇ ਆਰਟੀਕਲ ਲਿਖੇ ਅਜੇ ਵੀ ਉਹ ਕਲਮਾਂ ਲਿਖ ਰਹੀਆਂ ਨੇ ਅੜੇ ਰਹਿਣਾ ਵੀ ਚੰਗੀ ਗੱਲ ਹੁੰਦੀ ਹੈ ਪਰ ਝਖੜਾ ਸਮੇ ਅੜੇ ਰਹਿਣਾ ਬਰਬਾਦੀ ਦਾ ਕਾਰਨ ਹੁੰਦਾ ਲੱਕ ਟੁੱਟ ਜਾਂਦਾ ਮੋਸ਼ੇ ਤਾਰ ਦਰਖਤ ਜਿਹੜੇ ਨੇ ਟੁੱਟ ਜਾਂਦੇ ਨੇ ਜਿੰਨੇ ਮਰਜੀ ਸਟਰੌਂਗ ਹੋਣ ਲੇਪਣ ਵਾਲੇ ਦਰਖਤ ਜਿਹੜੇ ਨੇ ਹਮੇਸ਼ਾ ਹੀ ਝੂਲਦੇ ਰਹਿੰਦੇ ਨੇ ਸੋ ਭਗਤ ਵਿਚਾਰੇ ਬੰਦਾ ਸੋਈ ਮੀਡੀਆ ਤੇ ਕਿਸਾਨ ਅੰਦੋਲਨ ਸਵਰਾਜ ਵੀਰ ਅਖਬਾਰ ਪੰਜਾਬੀ ਟਰਬਿਨ ਪ੍ਰੋਗਰਾਮ ਤੁਹਾਡਾ ਆਪਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸ਼ੇਅਰ ਕਰਨਾ ਚਾਹੋ ਤਾਂ ਸ਼ੇਅਰ ਕਰ ਦਿਓ ਧੰਨਵਾਦੀ ਹੋਵਾਂਗੇ ਸਬਸਕ੍ਰਾਈਬ ਕਰਕੇ YouTube Facebook ਤੇ ਆਪਣੇ ਮਿੱਤਰਾਂ ਤੱਕ ਪਹੁੰਚਾ ਦਿਓ ਮਿਹਰਬਾਨੀ ਤੇ ਲਓ ਫਿਰ ਲਿਖਦੇ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨ ਵਾਪਸ ਕਰਨ ਦੇ ਐਲਾਨ ਤੋਂ ਬਾਅਦ ਮੀਡੀਆ ਦਾ ਉਹ ਹਿੱਸਾ ਮੀਡੀਆ ਦਾ ਉਹ ਹਿੱਸਾ ਹਸਨੂਦਿਲ ਕਰਦਾ ਮੀਡੀਆ ਦੇ ਉਸ ਹਿੱਸੇ ਤੇ ਜਿਨੇ ਬੜੀ-ਬੜੀ ਭੂਮਿਕਾ ਵੀ ਨਿਭਾਈ ਪਰੰਤੂ ਭੂਮਿਕਾ ਨਿਭਾਉਂਦੇ ਨਿਭਾਉਂਦੇ ਕਿਸੇ ਵੇਲੇ ਉਹ ਕ੍ਰੋਸ ਕਰ ਗਿਆ ਆਪਣੀ ਸੀਮਾ ਮੀਡੀਆ ਦਾ ਉਹ ਹਿੱਸਾ ਜੋ ਇਹਨਾਂ ਕਾਨੂੰਨਾ ਵਿਰੁੱਧ ਚੱਲ ਰਹੇ ਅੰਦੋਲਨ ਦਾ ਨਿਰੰਤਰ ਵਿਰੋਧ ਕਰਦਾ ਰਿਹਾ ਹੈ ਚੁੱਪ ਹੋ ਜਾਵੇਗਾ ਚੁੱਪ ਚਾ ਉਸ ਕੋਲ ਆਪਣੇ ਅੰਦੋਲਨ ਵਿਰੋਧੀ ਪੈੰਤੇਰੇ ਦੇ ਹੱਕ ਵਿੱਚ ਦੇਣ ਲਈ ਕੋਈ ਦਲੀਲ ਨਹੀਂ ਬਚੇਗੀ মিডিਆ ਦਾ ਇਹ ਹਿੱਸਾ ਦੋ ਤਿੰਨ ਦਿਨ ਤਾ ਅਖਬਾਰ ਕਹਿੰਦਾ ਕਿ ਸੱਚ ਮੁੱਚ ਹੀ ਮੂਰਸ਼ਾਦ ਹੋ ਗਿਆ ਚੁੱਪ ਚੁੱਪ ਸ਼ਾਂਤੀ ਸੋਜ ਨਹੀਂ ਰਿਹਾ ਹੁਣਾ ਆੜ ਰਿਹਾ ਹੁਣਾ ਕਹੀਏ ਕੀ ਬੋਲੀਏ ਕੀ ਸੱਚ ਮੁੱਚ ਦੋ ਤਿੰਨ ਦਿਨ ਚੁੱਪ ਚਾਪ ਰਿਹਾ ਅਖਬਾਰ ਲਿਖਦਾ ਹੈ ਕਿ ਉਸਨੇ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਕਿਸਾਨ ਪ੍ਰੇਮ ਅਤੇ ਸਮਾਜ ਵਿੱਚ ਚੱਲ ਰਹੀ ਕਸ਼ਮਕਸ਼ ਦਾ ਅੰਤ ਕਰਨ ਦੀ ਪ੍ਰਧਾਨ ਮੰਤਰੀ ਦੀ ਇੱਛਾ ਦਾ ਰਾਗ ਅਲਾਪਿਆ ਪਰ ਹੁਣ ਉਸਨੇ ਨਵਾਂ ਪੈਤੜਾ ਅਪਣਾਉਂਦਿਆਂ ਕੇਂਦਰ ਸਰਕਾਰ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ ਆਲੋਚਨਾ ਕਿ ਉਹ ਆਰਥਿਕ ਸੁਧਾਰਾਂ ਬਾਰੇ ਕਾਨੂੰਨ ਤਾਂ ਬਣਾਉਂਦੀ ਹੈ ਪਰ ਆਪਣੇ ਬਣਾਏ ਕਾਨੂੰਨਾਂ ਨੂੰ ਅਮਲੀ ਰੂਪ ਨਹੀਂ ਦੇ ਸਕਦੀ ਇਸ ਸਬੰਧ ਵਿੱਚ ਕੇਂਦਰ ਸਰਕਾਰ ਦੁਆਰਾ ਜ਼ਮੀਨ ਗ੍ਰਹਿਣ ਕਰਨ ਵਾਲੇ ਕਾਨੂੰਨ ਵਿੱਚ ਸੰ 2015 ਵਿੱਚ ਆਰਡੀਨੈਂਸ ਰਾਹੀਂ ਕੀਤੀ ਸੋਧ ਦਾ ਜ਼ਿਕਰ ਕਰਦਿਆਂ ਅਖਬਾਰ ਕਹਿੰਦਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਕਿਸਾਨਾਂ ਨੇ ਵਿਆਪਕ ਵਿਰੋਧ ਕਾਰਨ ਸਰਕਾਰ ਨੇ ਉਸ ਨੂੰ ਸੋਧ ਨੂੰ ਕਾਨੂੰਨੀ ਰੂਪ ਨਹੀਂ ਸੀ ਦਿੱਤਾ ਇਸੇ ਤਰ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਨੂੰ ਸੁਧਾਰਾਂ ਦੇ ਰਸਤੇ ਤੇ ਪਛਾਣ ਜਾਣ ਵਾਲਾ ਕਦਮ ਦੱਸਿਆ ਗਿਆ ਹੈ ਇੱਕ ਨਿਊਜ਼ ਪੋਰਟਲ ਨੇ ਤਾਂ ਕਿਸਾਨਾਂ ਦਾ ਸਰਵੇਖਣ ਕਰਵਾ ਕੇ ਅਖਬਾਰ ਕਹਿੰਦਾ ਇਹ ਵੀ ਦੱਸ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਦਾ ਇਕਤਨ ਕਿ ਕਿਸਾਨਾਂ ਦੀ ਬਹੁ ਗਿੰਤੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹੈ ਬਿਲਕੁਲ ਸਹੀ ਤੇ ਸੱਚਾ ਹੈ ਇਸੇ ਤਰ੍ਹਾਂ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਸ਼ੁਰੂ ਕੀਤਾ ਹੈ ਕਿ ਸਰਕਾਰ ਅਰਾਜਕਤਾਵਾਦੀ ਤਤਾਂ ਦੇ ਸਾਹਮਣੇ ਝੁਕ ਗਈ ਹੈ ਭਾਬ ਤੁਸੀਂ ਸਮਝ ਗਏ ਉਹ ਲਬਜ਼ ਕੀ ਹੈ ਅਰਾਜਕਤਾਵਾਦੀ ਕਿਥੋਂ ਚੁਣਿਆ ਸ਼ਬਦ ਅਨਿਲ ਕਣਵਤ ਜੋ ਸੁਪਰੀਮ ਕੋਰਟ ਦੁਆਰਾ ਖੇਤੀ ਕਾਨੂੰਨ ਬਾਰੇ ਬਣਾਈ ਗਈ ਕਮੇਟੀ ਦਾ ਮੈਂਬਰ ਸੀ ਅਖਬਾਰ ਕਹਿੰਦਾ ਹੈ ਕਿ ਉਸ ਨੇ ਇੱਕ ਲੇਖ ਵਿੱਚ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਖੇਤੀ ਕਾਨੂੰਨ ਦੇ ਹੱਕ ਵਿੱਚ ਕਿਸਾਨਾਂ ਨੂੰ ਜਥੇਬੰਦ ਕਰੇਗਾ ਇਹ ਸਵਾਲ ਪੁੱਛੇ ਜਾਣ ਤੇ ਸਵਭਾਵਿਕ ਹਨ ਕਿ ਇਹਨਾਂ ਪੱਤਰਕਾਰਾਂ ਅਰਥਸ਼ਾਸਤਰੀਆਂ ਅਤੇ ਹੋਰ ਮਹਾਰਾ ਨੂੰ ਕਿਸਾਨ ਅੰਦোলন ਦੁਆਰਾ ਸਾਹਮਣੇ ਲਿਆਂਦੇ ਕਿ ਸੱਚ ਦਾ ਅਹਿਸਾਸ ਨਹੀਂ ਹੋਇਆ ਸਵਾਲ ਕਰਦਾ ਹੈ ਇੱਕ ਵਾਰ ਕੀ ਉਹ ਨਹੀਂ ਜਾਣਦੇ ਕਿ ਦੇਸ਼ ਦੀ ਵਸੋਂ ਦਾ 50 ਫੀਸਦੀ ਤੋਂ ਜ਼ਿਆਦਾ ਹਿੱਸਾ ਖੇਤੀ ਖੇਤਰ ਤੇ ਨਿਰਭਰ ਹੈ ਤੇ ਖੇਤੀ ਕਾਨੂੰਨਾ ਨੇ ਇਸ ਖੇਤਰ ਵਿੱਚ ਕਾਰਪੋਰੇਟੀ ਦਖਲ ਵਧਾ ਕੇ ਇਸ ਖੇਤਰ ਨਾਲ ਜੁੜੀ ਜੀਵਨ ਜਾਂਚ ਵਿੱਚ ਗੰਭੀਰ ਉਥਲ ਪੁਥਲ ਕਰ ਦੇਣੀ ਸੀ ਸਵਾਲ ਹੈ ਅਖਬਾਰ ਨੇ ਕੀਤਾ ਪਿਛੇ ਕੜਸ਼ੀ ਇਹਦਾ ਮਤਲਬ ਹੁੰਦਾ ਸਵਾਲੀਆ ਫਿਕਰ ਇਸ ਪ੍ਰਕਿਰਿਆ ਵਿੱਚ ਲੱਖਾਂ ਛੋਟੇ ਕਿਸਾਨਾਂ ਦੀ ਖੇਤੀ ਹੋਰ ਘਾਟੇ ਵਾਲ ਜਵੇਗੀ ਅਤੇ ਉਹਨਾਂ ਨੂੰ ਆਪਣੀ ਜ਼ਮੀਨ ਤੋਂ ਹੱਥ ਧੋਣੇ ਪੈਣਗੇ ਸਵਾਲ ਹੈ ਇਹਨਾਂ ਪ੍ਰਸ਼ਨਾਂ ਦਾ ਉੱਤਰ ਇਹ ਹੈ ਇਹ ਹੈ ਕਿ ਇਹ ਪੱਤਰਕਾਰ ਅਰਥਸ਼ਾਸਤਰੀ ਅਤੇ ਹੋਰ ਮਾਹਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਅਤੇ ਕਾਰਪੋਰੇਟਾਂ ਦੇ ਹੱਕ ਵਿੱਚ ਹਨ ਪਰ ਉਹ ਦੋ ਤਰ੍ਹਾਂ ਦੀਆਂ ਮਜਬੂਰੀਆਂ ਦਾ ਸ਼ਿਕਾਰ ਹਨ ਅਖਬਾਰ ਕਹਿੰਦਾ ਹੈ ਇਹ ਵੀ ਪੱਤਰਕਾਰ ਹੈ ਇਹ ਵੀ ਅਖਬਾਰ ਹੈ ਇਹਨਾਂ ਪੱਤਰਕਾਰਾਂ ਤੇ ਮਾਰਾਂ ਦਾ ਇੱਕ ਹਿੱਸਾ ਆਪਣੇ ਕਾਰਪੋਰੇਟ ਮਾਲਕਾਂ ਦੇ ਹੱਕ ਵਿੱਚ ਤੂਤੀ ਵਜਾਉਂਦਿਆਂ ਸਰਕਾਰ ਤੇ ਇਹ ਦਬਾਅ ਬਣਾਉਣਾ ਚਾਹੁੰਦਾ ਹੈ ਕਿ ਉਹ ਸੰਵਤੀ ਕਾਮਿਆਂ ਦੇ ਹੱਕ ਸੀਮਿਤ ਕਰਨ ਲਈ ਬਣਾਏਗੇ ਕੋਡਾ ਅਤੇ ਨਿਜੀ ਕਰਨ ਦੀਆਂ ਨੀਤੀਆਂ ਤੇ ਪੈਰਾ ਦਿੰਦਾ ਰਹੇ ਮਾਰਾਂ ਦਾ ਦੂਸਰਾ ਵਿਸ਼ਾ ਵਿਸ਼ਵ ਵਪਾਰ ਸੰਸਥਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ W T O ਦੀਆਂ ਨੀਤੀਆਂ ਨੂੰ ਆਖਰੀ ਸੱਚ ਮੰਨਦੇ ਹੋਏ ਇਹ ਵਿਸ਼ਵਾਸ ਕਰਦਾ ਹੈ ਕਿ ਖੇਤੀ ਖੇਤਰ 'ਚ ਛੋਟੇ ਕਿਸਾਨਾਂ ਨੂੰ ਬੇਦਖਲ ਕੀਤੇ ਬਿਨਾ ਵਿਕਾਸ ਸੰਭਵ ਨਹੀਂ ਹੈ ਕਿਉਂਕਿ ਬੇਜਮੀਨੇ ਕਿਸਾਨ ਹੀ ਸੰਤਾ ਲਈ ਘੱਟ ਉਰਜਿਤ ਲੈਣ ਵਾਲੇ ਮਜ਼ਦੂਰ ਬਣ ਕੇ ਇਹ ਵਰਤਾਰਾ ਸਿੱਧ ਕਰਦਾ ਹੈ ਮੀਡੀਆ ਦੇ ਇਸ ਹਿੱਸੇ ਅਤੇ ਮਹਾਰਾ ਲਈ ਸਿਆਸੀ ਵਫਾਦਾਰੀ ਨਾਲੋਂ ਕਾਰਪੋਰੇਟਿਵ ਵਫਾਦਾਰੀ ਜ਼ਿਆਦਾ ਮਤਵਪੂਰਨ ਕਿਸਾਨਾਂ ਨੇ ਕੀ ਦੇਣਾ ਬਾਬਾ ਜੀ ਕਾਠੋਦੂ ਕਾਰਪੋਰੇਟ ਵਾਲੇ ਤਾਂ ਫੇਰ ਵੀ ਕਿਤੇ ਹੱਡੀ ਬਾ ਦੇਣਗੇ ਇਹ ਅਜੀਬ ਵਿਰੋਧ ਪਾਸ ਹੈ ਕਿ ਜਦ ਇਹਨਾਂ ਆਰਥਿਕ ਵਿੱਤੀ ਮਹਾਰਾ ਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਵੱਡੇ ਸੰਤਕਾਰਾਂ ਤੇ ਕਾਰਪੋਰੇਟ ਅਦਾਰਿਆਂ ਨੂੰ ਮੰਡੀ ਚੋਂ ਨਿਕਲ ਲਈ ਲੱਖਾਂ ਕਰੋੜ ਰੁਪਏ ਕਿੱਥੋਂ ਆਣਗੇ ਤਾਂ ਉਹਨਾਂ ਕੋਲ ਇਸ ਸਮੱਸਿਆ ਦੇ ਕਈ ਹੱਲ ਮੌਜੂਦ ਹੁੰਦੇ ਹਨ ਪਰ ਜਾਦ ਅਖਬਾਰ ਕਹਿੰਦਾ ਉਹਨਾਂ ਸਾਹਮਣੇ ਇਹ ਦਲੀਲ ਰੱਖੀ ਜਾਂਦੀ ਹੈ ਕਿ ਸਰਕਾਰ ਜਿੰਸਾਂ ਦੀ ਘੱਟੋ ਘੱਟ ਸਮਰਥਨ ਮੁੱਲ ਐਮ ਐਸ ਪੀ ਤੇ ਖਰੀਦ ਲਈ ਵੀ ਅਜਹੀ ਰਾਸ਼ੀ ਉਪਲਬਧ ਕਰਾ ਸਕਦੀ ਹੈ ਤਾਂ ਇਹ ਮਹਾਰ ਅਤੇ ਪੱਤਰਕਾਰ ਹਾਲ ਪਾ ਰਿਆ ਕਰਨ ਲੱਗ ਪੈਂਦੇ ਨੇ ਬੜੀ ਓਏ ਬੜੀ ਹਾਲ ਪਾਰਿਆ ਬੋੜੀ ਬੋੜੀ ਨੂੰ ਕਰ ਲੱਗ ਪੈਂਦੇ ਹਨ ਇਸ ਨਾਲ ਤਾਂ ਦੇਸ਼ ਦਾ ਅਰਥਚਾਰਾ ਬਿਲਕੁਲ ਨਗਾਰਵਲ ਚਲਾ ਜਾਵੇਗਾ ਤੇ ਖਬਰ ਕਹਿੰਦਾ ਇਹ ਤਾਂ ਸੰਭਵ ਹੀ ਨਹੀਂ ਇਸ ਤਰ੍ਹਾਂ ਖਾਦ ਸੰਬੰਧੀ ਰਾਹਤ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਨੂੰ ਸਰਕਾਰ ਦੀ ਫਜ਼ੂਲ ਖਰਚੀ ਦੱਸਿਆ ਜਾਂਦਾ ਹੈ ਮੀਡੀਆ ਦੇ ਇਸ ਹਿੱਸੇ ਅਤੇ ਅਰਥ ਸ਼ਾਸਤਰੇ ਨੂੰ ਨਾ ਤਾਂ ਕਿਸਾਨ ਅੰਦੋਲਨ ਦੌਰਾਨ ਕੀਤੀਆਂ ਗਈਆਂ ਕੁਰਬਾਨੀਆਂ ਦਾ ਅਹਿਸਾਸ ਹੈ ਅਤੇ ਨਾ ਹੀ ਅੰਦੋਲਨ ਦੁਆਰਾ ਪੈਦਾ ਕੀਤੀ ਗਈ ਉਸ ਚੇਤਨਾ ਤੇ ਊਰਜਾ ਦਾ ਜਿਨ੍ਹਾਂ ਨੇ ਸਮਾਜ ਵਿੱਚ ਜਮਹੂਰੀਅਤ ਦੀ ਭਾਵਨਾ ਨੂੰ ਪੁਨਰ ਸੁਰਜੀਤ ਕੀਤਾ ਹੈ ਉਹ ਨਹੀਂ ਜਾਣਦੇ ਅਖਬਾਰ ਕਹਿੰਦਾ ਹੈ ਕਿ ਇਸ ਅੰਦੋਲਨ ਨੇ ਸਮਝੀ ਇਸ ਸਹਾਇਤਾ ਦੀ ਰਮਜ ਗੁਜੀ ਬੇਖਾਬ ਹੋਇਆਂ ਨੂੰ ਅਜਾ ਆਸ ਦਾ ਖਾਬ ਦਿੰਦਾ ਹੈ ਇਸ ਅੰਦੋਲਨ ਨੇ ਨਵੀਆਂ ਸੰਘਰਸ਼ਮਈ ਕਦਰਾਂ ਕੀਮਤਾਂ ਦਾ ਨਿਰਮਾਨ ਕੀਤਾ ਹੈ ਇਨੀ ਵੱਡੀ ਪੱਧਰ ਤੇ ਕਿਸਾਨਾਂ ਔਰਤਾਂ ਵਿਦਿਆਰਥੀਆਂ ਨੌਜਵਾਨਾਂ ਚਿੰਤਕਾਂ ਵਿਦਵਾਨਾਂ ਕਲਾਕਾਰਾਂ ਲੇਖਕਾਂ ਗਾਇਕਾਂ ਰੰਗ ਕਰਮੀਆਂ ਆਦ ਨੂੰ ਉਰਜਿਤ ਕਰਕੇ ਇੱਕ ਵਿਆਪਕ ਜਮਹੂਰੀ ਲਹਿਰ ਦਾ ਹਿੱਸਾ ਬਣਾਉਣਾ ਅੰਦੋਲਨ ਦੀ ਉਹ ਮੁੱਖ ਪ੍ਰਾਪਤੀ ਹੈ ਜਿਸ ਨੂੰ ਆਰਥਿਕ ਮਾਪਦੰਡਾਂ ਤੇ ਮਿੜਿਆ ਨਹੀਂ ਜਾ ਸਕਦਾ ਮੀਡੀਆ ਦਾ ਇਹ ਹਿੱਸਾ ਅਤੇ ਮਾਹਰ ਦੇਸ਼ ਦੇ ਕਿਸਾਨਾਂ ਦਾ ਨਰਾਦਰ ਕਰ ਰਹੇ ਹਨ ਨਰਾਦਰ ਮੀਡੀਆ ਦੇ ਇਸ ਹਿੱਸੇ ਨੂੰ ਨਾ ਸਿਰਫ ਜਮਹੂਰੀ ਅੰਦੋਲਨਾਂ ਦਾ ਨਰਾਦਰ ਕੀਤਾ ਹੈ ਸਗੋਂ ਉਹ ਬਹੁਤ ਵਾਰ ਦੀਸ਼ ਵਿੱਚ ਵੰਡ ਪਾਉ ਅਤੇ ਫਿਰਕਾ ਪ੍ਰਸਤ ਸਿਆਸਤ ਦੇ ਹੱਕ ਵਿੱਚ ਵੀ ਪੁੱਗ ਤਿਆ ਹੈ ਤੇ ਅਖਬਾਰ ਲਿਖਦਾ ਹੈ ਕਿ ਨੈਸ਼ਨਲ ਬ੍ਰਾਡਕਾਸਟਿੰਗ ਅਤੇ ਡਿਜੀਟਲ ਸਟੈਂਡਰਡਸ ਅਥਾਰਟੀ ਨੇ ਇੱਕ ਸਰਕਾਰ ਪੱਖੀ ਚੈਨਲ ਦੇ ਦੋ ਪੱਤਰਕਾਰ ਭਾਵ ਐਂਕਰਾਂ ਨੂੰ ਮੀਡੀਆ ਵਿੱਚੋਂ ਨੈਤਿਕਤਾ ਅਤੇ ਨਿਰਪੱਖਤਾ ਦੇ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਮੰਨਿਆ ਹੈ ਸੰਸਥਾ ਦੇ ਚੈਨਲ ਦੁਆਰਾ ਫਰਵਰੀ 2020 ਵਿੱਚ ਦਿੱਲੀ ਵਿੱਚ ਹੋਈ ਹਿੰਸਾ ਬਾਰੇ ਕੀਤੇ ਦੂਗ ਪ੍ਰੋਗਰਾਮਾਂ ਨੂੰ ਦੇਸ਼ ਦੀ ਸਭ ਤੋਂ ਵੱਡ ਕਟ ਗਿਣਤੀ ਦੇ ਵਿਰੁੱਧ ਸਿੱਧ ਦੱਸਦਿਆਂ ਆਦੇਸ਼ ਦਿੱਤੇ ਹਨ ਕਿ ਚੈਨਲ ਇਹਨਾਂ ਪ੍ਰੋਗਰਾਮਾਂ ਨੂੰ YouTube ਤੋਂ ਹਟਾਏ ਇਹ ਚੈਨਲ ਕਿਸਾਨ ਵਿਰੋਧੀ ਬਿਰਤਾਂਤ ਬਣਾਉਣ ਵਿੱਚ ਵੀ ਮੋਰੀ ਹੈ ਵੀਡੀਓ ਦੇ ਇਸ ਹਿੱਸੇ ਅਤੇ ਅਰਥ ਸ਼ਾਸਤਰੀ ਦੀ ਭੂਮਿਕਾ ਗੈਰ ਯਮਹੂਰੀ ਤੇ ਕਾਰਪੋਰੇਟ ਪੱਖੀ ਹੈ ਆਪਣੇ ਅਤੀਤ ਦੇ ਸ਼ਰਮਿੰਦਾ ਹੋਣ ਦੀ ਬਜਾਏ ਉਹਨਾਂ ਨੇ ਕਿਸਾਨ ਅੰਦੋਲਨ ਦੇ ਨਵੇਂ ਹਮਲੇ ਸ਼ੁਰੂ ਕੀਤੇ ਹਨ ਤੇ ਅਖਬਾਰ ਆਖਰ ਦੇ ਵਿੱਚ ਲਿਖਦਾ ਹੈ ਕਿ ਕਿਸਾਨ ਅੰਦੋਲਨ ਦੇ ਆਗੂਆਂ ਜਮਹੂਰੀ ਤਾਕਤਾਂ ਅਤੇ ਲੋਕਪੱਖੀ ਚਿੰਤਕਾਂ ਪੱਤਰਕਾਰਾਂ ਵਿਦਵਾਨਾਂ ਤੇ ਸਮਾਜਿਕ ਕਾਰਕੁਨਾਂ ਨੂੰ ਆਪਣੀ ਪੂਰੀ ਊਰਜਾ ਨਾਲ ਇਹਨਾਂ ਹਮਲਿਆਂ ਦਾ ਜਵਾਬ ਦੇਣਾ ਚਾਹੀਦਾ ਹੈ ਜਵਾਬ ਧੰਨਵਾਦ ਸਹਿਤ ਪੰਜਾਬੀ ਟਰਮੀਨ ਲੇਖਕ ਸਵਰਾਜ ਵੀਰ ਖਬਰਾਂ ਬੋਲਦੀਆਂ ਸੈਗਮੈਂਟ ਤੁਸੀਂ ਸੁਣਿਆ ਉਮੀਦ ਕਰਦੇ ਹਾਂ ਤੁਹਾਡੀ ਇਨਫੋਰਮੇਸ਼ਨ ਜੁਆਦਾ ਹੋਵੇ ਹੋਵੇ